ਤੇ ਇੱਥੇ ਨਜ਼ਦੀਕ ਪੁਰਾਤਨ ਪਿੱਪਲ ਹੈ ਜਿਹਦੇ ਥੱਲੇ ਆ ਕੇ ਉਹ ਸ਼ਹੀਦ ਹੋਏ ਸੀ ਜ਼ਖਮੀ ਬਹੁਤ ਜ਼ਖਮੀ ਹਾਲਤ ਦੇ ਵਿੱਚ। ਸੋ ਸਾਡੇ ਨਾਲ ਜੀ ਭਾਈ ਹਰਦੀਪ ਸਿੰਘ ਜੀ ਖੁਸ਼ਦਿਲ ਜੀ ਨੇ ਜੋ ਕਿ ਰਾਏਕੋਟ ਦੇ ਨਾਲ ਪਿੰਡ ਗੋਂਦਵਾਲ ਹੈ ਇੱਥੇ ਗੁਰੂ ਘਰ ਸ਼ਹੀਦਾਂ ਜੀ। ਸੋ ਇਹਨਾਂ ਤੋਂ ਆਪਾਂ ਜਾਣਦੇ ਹਾਂ ਇਸ ਗੁਰੂ ਘਰ ਦੇ ਇਤਿਹਾਸ ਬਾਰੇ। ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਅਸੀਂ ਸਾਰੀ ਜਿਹੜੀ ਆਪਣੀ ਸੰਗਤ ਹੈ ਜੀ ਜਾਣਨਾ ਚਾਹੁੰਦੀ ਹੈ ਵੀ ਇਹ ਗੁਰਦੁਆਰੇ ਦੇ ਇਤਿਹਾਸ ਬਾਰੇ, ਕਿਹੜੀ ਜਗ੍ਹਾ ਹੈ ਇਹ ਔਰ ਇਹਦਾ ਇਤਿਹਾਸ ਕੀ ਹੈ, ਥੋੜ੍ਹਾ ਜਿਹਾ ਦੱਸੋਗੇ ਜੀ? ਇੱਥੇ ਜੀ ਬਾਬਾ ਦੀਪਾ ਸਿੰਘ ਜੀ ਜੋ ਤਖਤੂਪੁਰਾ ਸਾਹਿਬ ਤੋਂ ਆਏ ਸਨ ਇੱਥੋਂ, ਅਤੇ ਇੱਥੇ ਨਜ਼ਦੀਕ ਪੁਰਾਤਨ ਪਿੱਪਲ ਹੈ ਜਿਹਦੇ ਥੱਲੇ ਆ ਕੇ ਉਹ ਸ਼ਹੀਦ ਹੋਏ ਸੀ ਜ਼ਖਮੀ ਬਹੁਤ ਜ਼ਖਮੀ ਹਾਲਤ ਦੇ ਵਿੱਚ। ਅਤੇ ਇੱਥੇ ਗੁਪਤ ਸੀਗੀ ਜਗ੍ਹਾ, ਮਹਾਰ ਦੀ ਕਿਰਪਾ ਦੇ ਨਾਲ ਹੁਣ ਸਮਾਂ ਪੈ ਕੇ ਜਗ੍ਹਾ ਪ੍ਰਗਟ ਹੋਈ ਹੈ। ਇੱਥੇ ਸੰਗਤਾਂ ਦੂਰੋਂ ਦੂਰੋਂ ਦਸਵੀਂ ਦੇ ਦਿਹਾੜੇ ਦੇ ਸੰਬੰਧ ਵਿੱਚ ਆ ਕੇ ਜੁੜਦੀਆਂ, ਅਖੰਡ ਪਾਠ, ਸਹਿਜ ਪਾਠ, ਸੁਖਮਨੀ ਸਾਹਿਬ ਦੇ ਪਾਠ ਕਰਵਾਉਂਦੀਆਂ। ਜਿਵੇਂ ਕਿ ਅੱਜ ਦਸਵੀਂ ਦਾ ਦਿਹਾੜਾ, ਸੰਗਤਾਂ ਬੇਅੰਤ ਇਕੱਤਰ ਹੋਈਆਂ ਨੇ, ਬਹੁਤ ਜ਼ਿਆਦਾ ਸੇਵਾਵਾਂ ਚੱਲਦੀਆਂ ਨੇ, ਸਤਿਗੁਰੂ ਦੀ ਕਿਰਪਾ ਰਹਿਮਤ ਹੈ ਇਸ ਅਸਥਾਨਾਂ 'ਤੇ। ਇਸ ਅਸਥਾਨ ਦਾ ਇਤਿਹਾਸ ਆ ਜੀ। ਹਾਂਜੀ, ਤਖਤੂਪੁਰਾ ਸਾਹਿਬ ਇਹਨਾਂ ਦਾ ਪਿੰਡ ਆ ਜੀ। ਇਹ ਤਕਰੀਬਨ ਗੋਂਦਵਾਲ ਰਾਏਕੋਟ ਦੇ ਨਾਲ ਜਿਹੜਾ ਇਹ ਪਿੰਡ ਆ, ਇਹਨਾਂ ਦਾ ਨਾਨਕਾ ਪਿੰਡ ਆ ਜੀ। ਇੱਥੇ ਇੱਥੇ ਆ ਕੇ ਸ਼ਹੀਦ ਹੋਏ ਸਨ ਇਹ, ਅਤੇ ਸਤਿਗੁਰ ਦੀ ਅਪਾਰ ਬਖਸ਼ਿਸ਼ ਰਹਿਮਤ ਹੈ ਇਸ ਅਸਥਾਨਾਂ 'ਤੇ, ਬੇਅੰਤ ਸੰਗਤਾਂ ਜੁੜਦੀਆਂ ਨੇ ਜੀ। ਸੋ ਬਾਬਾ ਜੀ ਇਹ ਪਿੱਪਲ ਬਾਰੇ ਵੀ ਕੁਛ ਦੱਸੋਗੇ ਆਪਣੀ ਸੰਗਤ? ਹਾਂਜੀ, ਇਹ ਉਸ ਪਿੱਪਲ ਆ ਜਿੱਥੇ ਆ ਕੇ ਬਾਬਾ ਜੀ ਸ਼ਹੀਦ ਹੋਏ ਸਨ। ਸਮੇਂ ਦੀ ਜੋ ਜੰਗ ਲੜਦਿਆਂ ਹੋਏ ਇੱਥੇ ਕਿਸੇ ਦੀ ਪ੍ਰਾਪਤ ਕੀਤੀ ਜੀ। ਓਕੇ ਓਕੇ ਜੀ। ਜੇਕਰ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਵਾਉਣਾ ਚਾਹੁੰਦੇ ਹੋ ਐਡਵਰਟਾਈਜ਼ਮੈਂਟ, ਤਾਂ ਸਾਡੇ ਨੰਬਰਾਂ 'ਤੇ ਸੰਪਰਕ ਕਰੋ। ਨੰਬਰ ਸਾਡੀ ਸਕਰੀਨ 'ਤੇ ਦਿੱਤੇ ਹੋਏ ਨੇ।